ਚੜ੍ਹਦੀ ਸੇ ਨਾਲ ਹੀ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜਦੋਂ ਪੁਲਿਸ ਵੱਲੋਂ ਟੌਪ ਸੀਕਰਟ ਧੰਗ ਦੇ ਨਾਲ ਹਾਈ ਟੈਕ ਜੇਲ੍ਹਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਨਾਬਾ ਫਰੀਦਕੋੜ ਦੇ ਨਾਲ-ਨਾਲ ਮਾਡਰਨ ਜੇਲ ਫਰੀਦਕੋੜ ਚ ਪੰਜਾਬ ਪੁਲਿਸ ਵੱਡੀ ਗਿਣਤੀ ਚ ਟੀਮਾਂ ਨੇ ਚੈਕਿੰਗ ਅਭਿਆਨ ਸ਼ੁਰੂ ਕੀਤਾ ਇਸ ਮੌਕੇ ਬੜਕੀ ਨਾਲ ਚੈਕਿੰਗ ਕੀਤੀ ਗਈ ਅਤੇ ਮਾਡਰਨ ਜੇਲ ਚ ਬੰਦ ਇਹ ਤੋਂ ਸੀ ਕੈਟਾਗਰੀ ਦੇ ਕਰੀਬ 15 ਦੇ ਕਰੀਬ ਗੈਂਗਸਟਰਾਂ ਦੀਆਂ ਬੈਰਕਾਂ ਚ ਵੱਖਰੇ ਕਿਸਮ ਦੇ ਗੁਰਦਾਸਪੁਰ ਤੋਂ ਬਣਾਏ ਗਏ ਬੈਗ ਵਿੱਚ ਚਾਰ ਸਮਾਰਟਫੋਨ ਬਰਾਮਦ ਹੋਏ ਜਿਸ ਤੋਂ ਤੁਰੰਤ ਪੁਲਿਸ ਨੇ ਚਾਰ ਨਾਮੀ ਗੈਂਗਸਟਰਾਂ ਤੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਇਹਨਾਂ ਵਿੱਚੋਂ ਮਨਮੋਨ ਸਿੰਘ ਮੋਣਾ ਯਈਆ ਖਾਨ ਸਾਜਨ ਡੱਡੂ ਅਤੇ ਮਨਪ੍ਰੀਤ ਨਾਮਕ ਗੈਂਗਸਟਰ ਸ਼ਾਮਲ ਹਨ ਉਧਰ ਇਸ ਬਾਰੇ ਜਾਣਕਾਰ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਰਾਜਵਤਨ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੀ ਮਾਡਰਨ ਜੇਲ੍ਹ ਦੀ ਅੱਜ ਬ੍ਰੀਕਿੰਗ ਨਾਲ ਚੈਕਿੰਗ ਕੀਤੀ ਗਈ ਤਾਂ ਗੈਂਗਸਟਰ ਦੇ ਬੈਰਕ ਚ ਚਾਰ ਸਮਾਰਟਫੋਨ ਬਰਾਮਦ ਹੋਏ ਹਨ ਪਤਾ ਲੱਗਾ ਕਿ ਇਹ ਵਕਰੀ ਕਿਸਮ ਦੇ ਬੈਗ ਗੁਰਦਾਸਪੁਰ ਚ ਬਣਾਏ ਜਾਂਦੇ ਹਨ ਅਤੇ ਵਕਰੇ ਬੈਗ ਚ ਛੁਪਾ ਕੇ ਚਾਰ ਸਮਾਰਟਫੋਨ ਬਰਾਮਦ ਕੀਤੇ ਹਨ ਉਹਨਾਂ ਨੇ ਦੱਸਿਆ ਕਿ ਇਹ ਜੇਲ੍ਹ ਤੋਂ ਇਹ ਤੋਂ ਸੀ ਕੈਟਾਗਰੀ ਦੇ ਕ੍ਰਿਪ 18 ਗੈਂਸਟਰ ਬੰਧਨ ਅਤੇ ਮੋਬਾਈਲ ਬਰਾਮਦ ਕੀਤੇ ਗਏ ਹਨ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਸਵੇਰ ਫਰੀਦਕੋਟ ਕੇ ਜੇਲ੍ਹ ਕੋ हमने 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 ਫਰੀਦਕੋਟ ਕੇ ਜ पुलिस फोर्स हर एक रैंक्स के इसमें इन्वॉल्व हुए तो जो गैंगस्टर्स वाली बैरक है जहाँ पे तकरीबन 18 गैंगस्टर्स हमारे यहाँ पे लॉजड हैं हमारी जेल में तो उनसे चार आ, स्मार्ट मोबाइल फ़ोनस हमने बरामद करने में हम कामयाबी मिली है ये आ, चारों जो मोबाइल्स हैं एक स्पेशल बैग उनके पास हमें मिला जो जिसके डबल लेयर्स का लकड़ी का जो बेस था उसके अंदर आ, ये नीचे बड़ी मुस्तैदी से छुपाए गए थे और जो सरसरी चेकिंग के दौरान ये बिल्कुल पता नहीं चल रहा था कि इसमें कोई कुछ हो सकता है और उसके बाद हमने जो पता किया है तो ये गुरदासपुर में कहीं ये स्पेशल ये बैग्स बनाए जाते हैं ये कंसीलमेंट के पर्पस के लिए हमारी फरीदकोट जेल में 18 गैंगस्टर्स बंद हैं इनमें से दो ए कैटेगरी और दो बी कैटेगरी और बाकी सी कैटेगरी वाले ਜਾਗਰਤੀ ਲੈਲੀ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ